ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਪਹਿਲੀ ਪਾਤਸ਼ਾਹ ਤੇ ਉਹਦਾ 18ਵਾਂ ਪਾਠ ਹਾਕੀ ਦਾ ਜਾਦੂਗਰ ਧਿਆਨ ਚੰਦ। ਇਹ ਨਾਮ ਤਾਂ ਤੁਸੀਂ ਸੁਣਿਆ ਹੋਏਗਾ ਤੇ ਅੱਜ ਆਪਾਂ ਚਰਚਾ ਕਰਾਂਗੇ ਇਸ ਪਾਠ ਬਾਰੇ, ਔਖੇ ਸ਼ਬਦਾਂ ਦੇ ਅਰਥ ਵੀ ਜਾਣਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਧਿਆਨ ਚੰਦ ਜੀ ਬਾਰੇ ਪੜ੍ਹਨ ਦਾ। ਵਿਆਨਾ ਸ਼ਹਿਰ ਵਿੱਚ ਇੱਕ ਅਜਿਹਾ ਆਦਮ ਕੱਦ ਬੁੱਤ ਬਣਿਆ ਹੋਇਆ ਹੈ ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ। ਆਦਮ ਕੱਦ ਕਹਿਣ ਦਾ ਮਤਲਬ ਆਦਮੀ ਦੇ ਪੂਰੇ ਕੱਦ ਦਾ, ਇੱਕ ਆਦਮੀ ਦੇ ਕੱਦ ਵਰਗਾ ਇੱਕ ਉੱਥੇ ਬੁੱਤ ਬਣਿਆ ਹੋਇਆ ਜੋ ਦੇਖਣ ਵਾਲਿਆਂ ਦੀ ਨੂੰ ਹੈਰਾਨ ਕਰ ਦਿੰਦਾ ਹੈ। ਉਹਨਾਂ ਦੀਆਂ ਭਾਵਨਾਵਾਂ, ਵਿਚਾਰ, ਖਿਆਲ ਜਿਹੜੇ ਨੇ ਹੈਰਾਨ ਕਰਨ ਵਾਲੇ ਕਰ ਦਿੰਦਾ ਹੈ। ਅਜਿਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ ਚਾਰ ਹੱਥ ਹਨ ਅਤੇ ਚੌਹਾਂ ਵਿੱਚ ਹੀ ਹਾਕੀ ਸਟਿੱਕਾਂ ਹਨ। ਇਹ ਬੁੱਤ ਹੈ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਜੀ ਦਾ, ਜਿਸ ਨੂੰ ਇੱਕ ਖੇਡ ਦੇਵਤਾ ਬਣਾ ਕੇ ਉਸਦੀ ਖੇਡ ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ। ਇਹ ਉਹੀ ਧਿਆਨ ਚੰਦ ਹੈ ਜੋ ਕਦੇ ਅੰਗਰੇਜ਼ ਭਾਰਤੀ ਫੌਜ ਵਿੱਚ ਛੋਟਾ ਜਿਹਾ ਸਿਪਾਹੀ ਹੁੰਦਾ ਸੀ, ਜਿਸ ਨੇ ਇੱਕ ਦਿਨ ਆਪਣੇ ਦੇਸ਼ ਦੀ ਹੀ ਨਹੀਂ ਸਗੋਂ ਵਿਸ਼ਵ ਹਾਕੀ ਦੀ ਪ੍ਰਤੀਨਿਧਤਾ ਕੀਤੀ ਅਤੇ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਜਨਮ ਦਿਨ 29 ਅਗਸਤ ਸਮੁੱਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵੀ 29 ਅਗਸਤ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਜੋਂ ਆਪਾਂ ਸਪੋਰਟਸ ਡੇ ਮਨਾਉਂਦੇ ਹਾਂ ਆਪਣੇ ਦੇਸ਼ ਦੇ ਵਿੱਚ, ਤੇ ਬੁੱਤ ਉਹਨਾਂ ਦਾ ਵਿਆਨਾ ਦੇ ਵਿੱਚ ਹੈਗਾ। ਅੱਗੇ ਇਹ ਮਹਾਨ ਖਿਡਾਰੀ ਛੋਟੇ ਜਿਹੇ ਸ਼ਹਿਰ ਝਾਂਸੀ ਦੀਆਂ ਤੰਗ ਗਲੀਆਂ ਵਿੱਚ ਆਪਣੇ ਸੰਗੀਆਂ ਸਾਥੀਆਂ ਨਾਲ ਖੇਡਦਾ ਵੱਡਿਆ ਹੋਇਆ। ਉਸਦਾ ਪਿਤਾ ਫੌਜ ਵਿੱਚ ਹੌਲਦਾਰ ਸੀ। ਸ਼ਾਇਦ ਇਸੇ ਕਰਕੇ ਧਿਆਨ ਚੰਦ ਵੀ 1921 ਵਿੱਚ, ਜਦੋਂ ਉਹ 16 ਕੁ ਵਰ੍ਹਿਆਂ ਦਾ ਸੀ, ਫੌਜ ਵਿੱਚ ਭਰਤੀ ਹੋ ਗਿਆ ਤੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। ਭਾਰਤੀ ਫੌਜ ਵੱਲੋਂ ਕਰਵਾਏ ਜਾਂਦੇ ਟੂਰਨਾਮੈਂਟ ਵਿੱਚ ਉਸਨੇ ਆਪਣੀ ਖੇਡ ਕਲਾ ਦਾ ਇਸ ਕਦਰ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗਾ। ਮੁਜ਼ਾਹਰਾ ਕਹਿਣ ਦਾ ਮਤਲਬ ਹੁੰਦਾ ਹੈ ਉਸਨੇ ਇਸ ਤਰੀਕੇ ਦਾ ਪ੍ਰਦਰਸ਼ਨ ਕੀਤਾ। ਅੱਗੇ 1925 ਵਿੱਚ ਭਾਰਤੀ ਹਾਕੀ ਫੈਡਰੇਸ਼ਨ ਹੋਂਦ ਵਿੱਚ ਆਈ ਅਤੇ ਉੱਧਰ ਓਲੰਪਿਕ ਖੇਡਾਂ ਦੇ ਚਰਚੇ ਵੀ ਹੋਣ ਲੱਗੇ। ਚਰਚੇ ਉਹਦਾ ਮਤਲਬ ਉਹਦਾ ਜ਼ਿਕਰ, ਠੀਕ ਹੈ, ਹਰ ਪਾਸੇ ਗੱਲਾਂ ਹੋਣ ਲੱਗੀਆਂ ਓਲੰਪਿਕ ਖੇਡਾਂ ਦੀਆਂ। 1928 ਐਮਸਟਰਡਮ ਓਲੰਪਿਕ ਵਿੱਚ ਆਪਣੇ ਸਾਰੇ ਮੈਚ ਆਸਾਨੀ ਨਾਲ ਜਿੱਤ ਕੇ ਫਾਈਨਲ ਵਿੱਚ ਹਾਲੈਂਡ ਦੀ ਹੀ ਟੀਮ ਨੂੰ 3 ਗੋਲਾਂ ਨਾਲ ਹਰਾ ਕੇ, ਜਿਨ੍ਹਾਂ ਵਿੱਚੋਂ 2 ਇਕੱਲੇ ਧਿਆਨ ਚੰਦ ਨੇ ਕੀਤੇ, ਸੋਨ ਤਗਮਾ ਜਿੱਤਿਆ। 1932 ਲੋਸ ਏਂਜਲਸ ਓਲੰਪਿਕ ਵਿੱਚ ਭਾਰਤੀ ਟੀਮ ਨੇ ਫਾਈਨਲ ਵਿੱਚ USA ਨੂੰ 24-1 ਦੇ ਵੱਡੇ ਫਰਕ ਨਾਲ ਹਰਾਇਆ, ਜਿਸ ਵਿੱਚ 8 ਗੋਲਾਂ ਦਾ ਯੋਗਦਾਨ ਧਿਆਨ ਚੰਦ ਨੇ ਪਾਇਆ। ਬਰਲਿਨ ਵਿਖੇ ਹੋਈਆਂ 1936 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਮੁਕਾਬਲਾ ਹੋਮ ਟੀਮ ਜਰਮਨੀ ਨਾਲ ਹੋਇਆ। ਹਿਟਲਰ ਉਚੇਚੇ ਤੌਰ ਤੇ ਇਸ ਮੈਚ ਨੂੰ ਵੇਖਣ ਆਇਆ ਸੀ। ਸਾਰਾ ਮੈਚ ਤਣਾਅ ਪੂਰਵਕ ਵਾਤਾਵਰਣ ਚ ਖੇਡਿਆ ਗਿਆ, ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਨੂੰ ਭੁੱਲ ਭੁਲਾ ਗਿਆ। ਮਤਲਬ ਇੰਨੇ ਵਧੀਆ ਤਰੀਕੇ ਦੇ ਨਾਲ ਉਹ ਖੇਡਦੇ ਸੀਗੇ।
ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ 8 ਗੋਲ ਹੋ ਚੁੱਕੇ ਸਨ। ਉਹ ਹਾਰ ਕੇ ਮਾਰ ਕੁਟਾਈ ਤੇ ਉਤਰ ਆਏ ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰਦ ਟੁੱਟ ਗਿਆ। ਫੇਰ ਵੀ ਉਹ ਚੁੱਪਚਾਪ ਖੇਡਦਾ ਰਿਹਾ ਤੇ ਦੂਜੇ ਅੱਧ ਵਿੱਚ 6 ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕੁੱਲ 14 ਵਿੱਚੋਂ 6 ਗੋਲ ਉਸਦੇ ਹਿੱਸੇ ਆਏ। ਕਿਹਾ ਜਾਂਦਾ ਹੈ ਕਿ ਉਸ ਮੈਚ ਤੋਂ ਬਾਅਦ ਖੁਦ ਹਿਟਲਰ ਆਪਣੀ ਹਾਰ ਕਬੂਲ ਕੇ ਧਿਆਨ ਚੰਦ ਨੂੰ ਮਿਲਣ ਆਇਆ ਤੇ ਆਪਣੀ ਫੌਜ ਵਿੱਚ ਉਸਨੂੰ ਕਰਨਲ ਦੇ ਉੱਚੇ ਅਹੁਦੇ ਦੀ ਵੀ ਪੇਸ਼ਕਸ਼ ਕੀਤੀ, ਪਰੰਤੂ ਧਿਆਨ ਚੰਦ ਨੇ ਉਸਨੂੰ ਬੜੇ ਅਦਬ ਅਤੇ ਹਲੀਮੀ ਨਾਲ ਠੁਕਰਾ ਦਿੱਤਾ। ਅਹੁਦੇ ਯਾਨੀ ਕਿ ਕੋਈ ਪਦਵੀ, ਕੋਈ ਪੋਸਟ। ਹਲੀਮੀ ਕਹਿਣ ਦਾ ਮਤਲਬ ਨਿਮਰਤਾ ਨਾਲ ਧਿਆਨ ਚੰਦ ਜੀ ਨੇ ਠੁਕਰਾ ਦਿੱਤਾ ਵੀ ਨਹੀਂ, ਮੈਂ ਪਹਿਲਾਂ ਭਾਰਤ ਲਈ ਖੇਡਣਾ। ਉਸਨੇ ਆਪਣੇ ਵਤਨ ਦੀ ਮਿੱਟੀ ਵਿੱਚ ਇੱਕ ਛੋਟਾ ਜਿਹਾ ਸਿਪਾਹੀ ਬਣ ਕੇ ਰਹਿਣ ਨੂੰ ਤਰਜੀਹ ਦਿੱਤੀ। ਤਰਜੀਹ ਦਾ ਮਤਲਬ ਹੁੰਦਾ ਹੈ ਪਹਿਲ ਦਿੱਤੀ। ਅੱਗੇ 3 ਓਲੰਪਿਕਾਂ ਬਾਅਦ ਧਿਆਨ ਚੰਦ ਨੇ ਹਾਕੀ ਤੋਂ ਤਕਰੀਬਨ ਸੰਨਿਆਸ ਲੈ ਲਿਆ, ਭਾਵੇਂ ਉਹ ਅਜੇ 31 ਵਰਿਆਂ ਦੀ ਹੀ ਸੀ। ਤਕਰੀਬਨ ਯਾਨੀ ਲਗਭਗ ਆਪਾਂ ਕਹਿ ਸਕਦੇ ਹਾਂ ਵੀ ਕਹਿ ਲਓ ਸੰਨਿਆਸ ਲੈ ਲਿਆ ਸੀ, ਛੱਡਦਾ ਸੀ ਖੇਡ ਨੂੰ। ਫਿਰ ਸ਼ੁਰੂ ਹੋਈ ਉਸਦੀ ਇਤਿਹਾਸਕ ਮਹਾਨਤਾ ਹੰਡਾਉਣ ਵਾਲੀ ਖੇਡ ਦੀ ਗੱਲ। ਕਹਿੰਦੇ ਹਨ ਕਿ ਇੱਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਬ੍ਰੈਡਮੈਨ ਨੇ ਹੱਸਦਿਆਂ ਤੇ ਹੈਰਾਨ ਹੋ ਕੇ ਧਿਆਨ ਚੰਦ ਨੂੰ ਪੁੱਛਿਆ, ਧਿਆਨ ਬਾਈ ਤੂੰ ਸਟਿਕ ਨਾਲ ਐਵੇਂ ਗੋਲ ਕਿਵੇਂ ਕਰ ਲੈਂਦਾ ਹੈ? ਜਿਵੇਂ ਬੱਲੇ ਨਾਲ ਦੌੜਾਂ ਬਣਾਈਆਂ ਜਾਂਦੀਆਂ ਹਨ, ਇੰਜ ਹੀ ਧਿਆਨ ਚੰਦ ਨੇ ਕਿਹਾ। ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿਕ ਯਾਨੀ ਹਾਕੀ ਨਾਲ ਕੋਈ ਚੁੰਬਕ ਵਰਗੀ ਸ਼ੈ ਚਿਪਕਾਈ ਹੋਈ ਹੈ, ਤਾਂ ਹੀ ਤਾਂ ਗੇਂਦ ਉਸ ਨਾਲ ਉਹ ਲੈਂਦੀ ਨਹੀਂ, ਦੂਰ ਹੀ ਨਹੀਂ ਹੁੰਦੀ। ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ, ਇਸ ਨਾਲ ਗੋਲ ਕਰ ਫੇਰ ਮੰਨਾਂਗੇ। ਇੱਥੇ ਛੜੀ ਦਾ ਮਤਲਬ ਹੈਗਾ ਉਹ ਸੋਟੀ ਦੇ ਕੇ ਕਿਹਾ ਵੀ ਇਸ ਨਾਲ ਗੋਲ ਕਰ ਫੇਰ ਮੰਨਾਂਗੇ ਵੀ ਤੂੰ ਸੱਚੀ ਦਾ ਖਿਡਾਰੀ ਹੈਗਾ। ਸੁਣਦੇ ਹਾਂ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ। ਅਜਿਹੀਆਂ ਦੰਦ ਕਥਾਵਾਂ ਅਜੇ ਤੱਕ ਕਿਸੇ ਹੋਰ ਹਾਕੀ ਖਿਡਾਰੀ ਨਾਲ ਨਹੀਂ ਜੁੜੀਆਂ। ਇੱਥੋਂ ਤੱਕ ਕਿ 1968 ਅਤੇ 1972 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਿਰਕਤ ਕਰਨ ਵਾਲਾ ਮਸ਼ਹੂਰ ਪਾਕਿਸਤਾਨੀ ਹਾਕੀ ਖਿਡਾਰੀ ਜਹਾਂਗੀਰ ਭੱਟ ਆਪਣੇ ਪਿਤਾ ਦੇ ਧਿਆਨ ਚੰਦ ਦੀ ਮਹਾਨ ਖੇਡ ਨੂੰ ਸਿਜਦਾ ਕਰਨ ਵਾਲੇ ਨਿਮਨ ਸ਼ਬਦ ਅਕਸਰ ਦੁਹਰਾਉਂਦਾ ਸੀ, ਨਾਲੇ ਅੱਖਾਂ ਪੜ ਲੈਂਦਾ ਸੀ। ਸ਼ਿਰਕਤ ਕਰਨ ਦਾ ਮਤਲਬ ਹੁੰਦਾ ਹੈ ਸ਼ਾਮਲ ਹੋਣ ਵਾਲੇ, ਠੀਕ ਹੈ, ਤੇ ਉਹ ਵੀ ਬਹੁਤ ਪ੍ਰਸ਼ੰਸਾ ਕਰਦਾ ਸੀ, ਅੱਖਾਂ ਪਰ ਆਉਂਦੀਆਂ ਸੀ। ਪੁੱਤਰ ਜੇ ਹਾਕੀ ਸਿੱਖਣੀ ਹੈ, ਧਿਆਨ ਚੰਦ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ। ਮੈਂ ਵੰਡ ਤੋਂ ਪਹਿਲਾਂ ਉਸ ਨਾਲ ਖੇਡਦਾ ਸੀ, ਕਿਆ ਬਾਤਾਂ ਨੇ ਉਸਦੀਆਂ। ਉਹ ਤਾਂ ਗਰਾਊਂਡ ਤੇ ਇੰਜ ਨਜ਼ਰ ਰੱਖਦਾ ਸੀ ਜਿਵੇਂ ਇੱਕ ਸ਼ਤਰੰਜ ਖਿਡਾਰੀ ਆਪਣੇ ਬੋਰਡ ਤੇ ਰੱਖਦਾ ਹੈ। ਉਸ ਨੂੰ ਹਮੇਸ਼ਾ ਪਤਾ ਹੁੰਦਾ ਸੀ ਕਿ ਉਸਦੇ ਸਾਥੀ ਅਤੇ ਵਿਰੋਧੀ ਖਿਡਾਰੀ ਕਿੱਥੇ ਕਿੱਥੇ ਖੜੇ ਹਨ। ਕੁਝ ਗੱਲਾਂ ਧਿਆਨ ਚੰਦ ਦੀ ਖੇਡ ਦੀ ਵਿਲੱਖਣਤਾ ਬਾਰੇ ਵੀ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇ ਕਿ ਉਹ ਸੈਂਟਰ ਫਾਰਵਰਡ ਖੇਡਦੇ ਹੋਇਆ ਵੀ ਜ਼ਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ਜਿਵੇਂ ਕਿ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਧਨਰਾਜ ਸਿੰਘ ਪਿੱਲੇ ਆਦਿ ਖਿਡਾਰੀ ਸਨ।
ਇਸ ਦੇ ਉਲਟ ਉਸਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਧੀਮਾਪਣ ਸੀ। ਜ਼ਿਆਦਾ ਦੇਰ ਗੇਂਦ ਨਾਲ ਚਿਮਟਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਤਕ ਸਮਝਦਾ ਸੀ। ਉਸਦੇ ਆਪਣੇ ਸ਼ਬਦਾਂ 'ਚ ਪਾਸ ਦੇਣਾ ਹੀ ਸਭ ਤੋਂ ਵਧੀਆ ਚਕਾਨੀ ਹੈ। 1963 ਤੋਂ 64 ਵਿੱਚ ਉਹ NIS ਪਟਿਆਲਾ ਵਿਖੇ ਹਾਕੀ ਦਾ ਮੁੱਖ ਕੋਚ ਸੀ। ਸਾਂਵਲਾ ਰੰਗ, ਦਰਮਿਆਨਾ ਕੱਦ, ਸਿਰ ਦੇ ਵਾਲ ਬਿਨਾਂ ਚੀਰ ਪਿੱਛੇ ਨੂੰ ਵਾਏ ਹੋਏ, ਚਿੱਟੀ ਟੀ-ਸ਼ਰਟ ਅਤੇ ਕਾਲੀ ਨਿੱਕਰ ਪਾਈ, ਉਹ ਗਰਾਊਂਡ ਦੇ ਬਾਹਰ ਬੈਠਾ ਗੂੜ੍ਹੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਚਾੜਦਾ ਅਤੇ ਵਰਜਦਾ। ਖਿਡਾਰੀ ਉਸਨੂੰ ਸਤਿਕਾਰ ਨਾਲ ਦਾਦਾ ਆਖਦੇ, ਜਿਸ ਦਾ ਬਾਂਗਲਾ ਵਿੱਚ ਅਰਥ ਹੁੰਦਾ ਹੈ ਵੱਡਾ ਭਰਾ। ਭਾਵੇਂ ਧਿਆਨ ਚੰਦ ਵਰਗੇ ਖਿਡਾਰੀ ਦੁਨਿਆਵੀ ਅਤੇ ਪਦਾਰਥੀ ਪੁਰਸਕਾਰਾਂ ਨਹੀਂ ਖੇਡਦੇ, ਫੇਰ ਵੀ ਉਸਦੀ ਖੇਡ ਪ੍ਰਾਪਤੀ ਦੀ ਦਾਤ ਦਿੰਦਿਆਂ, ਉਸਦੇ ਖੇਡ ਕੱਦ ਨੂੰ ਪਛਾਣਦਿਆਂ, ਭਾਰਤ ਸਰਕਾਰ ਨੇ 1956 ਵਿੱਚ ਉਸਨੂੰ ਪਦਮ ਭੂਸ਼ਣ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਅਤੇ 1979 ਵਿੱਚ ਉਸਦੀ ਮੌਤ ਤੋਂ 1 ਸਾਲ ਬਾਅਦ ਉਸਦੀ ਸਿਮਰਤੀ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ। ਇੱਥੇ ਜਿਹੜੇ ਸ਼ਬਦ ਔਖੇ ਹੈਗੇ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਿਵੇਂ ਪੁਰਸਕਾਰਾਂ, ਉਹਦਾ ਮਤਲਬ ਹੁੰਦਾ ਹੈ, ਜਦ ਆਪਾਂ ਪੁਰਸਕਾਰਾਂ ਦੀ ਗੱਲ ਕਰਦੇ ਹਾਂ ਤਾਂ ਕਹਿਣ ਦਾ ਮਤਲਬ ਇਨਾਮ ਦੀ ਗੱਲ ਕਰ ਰਹੇ ਹਾਂ। ਖਿਤਾਬ ਦਾ ਮਤਲਬ ਪਦਵੀ, ਉਪਾਧੀ ਜਿਹੜੀ ਹੁੰਦੀ ਹੈ, ਠੀਕ ਹੈ। ਤੇ ਅੱਗੇ ਇੱਥੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਗਿਆ ਹੈ, ਇਹਦਾ ਮਤਲਬ ਹੈ ਸਿਮ੍ਰਿਤ। ਸਿਮ੍ਰਿਤ ਦਾ ਮਤਲਬ ਯਾਦ ਕਰਨਾ। ਅੱਗੇ ਪੜ੍ਹਦੇ ਹਾਂ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸਨੂੰ ਸਮਰਪਿਤ ਕੀਤਾ ਹੋਇਆ ਹੈ। ਤੇ ਇਹ ਸੀਗੇ ਧਿਆਨ ਚੰਦ ਜੀ ਬਾਰੇ ਇੱਕ ਚੈਪਟਰ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਹੋਰ ਵੀਡੀਓਜ਼ ਲੈ ਕੇ ਆਵਾਂਗੀ। ਫਿਰ ਮਿਲਦੇ ਹਾਂ। ਟਿਲ ਦੈਨ ਟੇਕ ਕੇਅਰ। ਬਾਏ ਬਾਏ।